ਕੜੀ ਕਰਾਰੀ ਕੜੀ। ਬਹੁਤ ਜ਼ਿਆਦਾ ਬਾਰਿਸ਼ ਪੈਣ ਦੀ ਸੀ, ਮੈਂ ਚੁੱਲ੍ਹਾ ਇਸ ਕਰਕੇ ਅੰਦਰ ਰੱਖ ਲਿਆ ਕਿ ਮੈਂ ਕਿਹਾ ਅੰਦਰ ਹੀ ਪਕਾਉਣੀ ਆ ਸਾਰਾ ਕੁਛ, ਕਿਉਂਕਿ ਹਵਾ ਵੀ ਚੱਲਣ ਦੀ ਆ, ਗੈਸ ਤਾਂ ਤੁਹਾਨੂੰ ਪਤਾ ਥੋੜਾ ਥੋੜਾ ਆਉਂਦਾ ਸੀ, ਤੇ ਮੈਂ ਕਿਹਾ ਹਵਾ ਦੇ ਨਾਲ ਤੇ ਕੁਛ ਪੱਕਣਾ ਵੀ ਨਹੀਂ। ਅੱਜ ਅਸੀਂ ਬਣਾਉਣ ਲੱਗੇ ਆ ਕੜੀ ਪਕੌੜੇ, ਕਾਫੀ ਦਿਨਾਂ ਦਾ ਦਿਲ ਕਰਦਾ ਸੀ, ਤੇ ਮੈਂ ਕਿਹਾ ਅੱਜ ਬਾਰਿਸ਼ ਵੀ ਪੈਣ ਦੀ, ਮੌਸਮ ਵੀ ਸਹੀ ਆ, ਤੇ ਕੜੀ ਪਕੌੜੇ ਬਣਾਉਣੇ ਆ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ, ਤੇ ਕੀ ਹਾਲ ਚਾਲ ਹੈ? ਅੱਲਾ ਪਾਕ ਦਾ ਲੱਖ ਲੱਖ ਕਰੋੜ ਦਫਾ ਸ਼ੁਕਰ ਅਦਾ ਕਰਦੇ ਕਿ ਸਭ ਵਧੀਆ ਵਾ। ਉਮੀਦ ਕਰਦੇ ਹਾਂ ਕਿ ਤੁਸੀਂ ਵਧੀਆ ਹੋਗੇ, ਅੱਲਾ ਤਾਲਾ ਤੁਹਾਨੂੰ ਸਭ ਨੂੰ ਖੈਰੋ ਖੈਰੀਅਤ ਨਾਲ ਰੱਖੇ, ਆਮੀਨ ਸੁਮਾ ਆਮੀਨ, ਔਰ ਸਿਹਤ ਤੰਦਰੁਸਤੀ ਅਤਾ ਫਰਮਾਵੇ, ਆਮੀਨ ਸੁਮਾ ਆਮੀਨ। ਤੁਸੀਂ ਵੀ ਸਾਡੇ ਵਾਸਤੇ ਦੁਆ ਕਰਿਆ ਕਰੋ, ਅਸੀਂ ਤੁਹਾਡੇ ਵਾਸਤੇ ਰੋਜ਼ ਦੁਆ ਕਰਦੇ ਹਾਂ। ਤੇ ਹੁਣ ਆਪਾਂ ਬਣਾਉਣ ਲੱਗੇ ਹਾਂ ਕੜੀ ਪਕੌੜੇ। ਆਪਾਂ ਅਦਰਕ ਲਸਣ ਕੁੱਟਣ ਦੇ ਆ, ਹਰੀਆਂ ਮਿਰਚਾਂ ਵੀ ਵਿੱਚ ਪਾ ਲਈਆਂ, ਤੇ ਆ ਪਿਆਜ਼ ਆਪਣਾ ਹੋਣ ਦਿਆ ਏ ਬਰਾਊਨ, ਤੇ ਆ ਅਦਰਕ ਲਸਣ ਆ, ਆਪਣਾ ਬੇਸਣ ਆ ਜਿਹੜਾ ਆਪਾਂ ਕੜੀ ਚ ਇਸਤੇਮਾਲ ਕਰਨਾ ਵਾ। ਸੁਭਾਨ, ਫਰਿੱਜ ਚੋਂ ਲੱਸੀ ਦੀ ਬੋਤਲ ਕੱਢ ਕੇ ਦੇ, ਲੱਸੀ ਮੰਗਾਈ ਸੀ ਬੜੀ ਦੂਰੋਂ ਦੂਰੋਂ, ਕਿੱਥੋਂ ਆਪਣੀ ਭੈਣ ਦੇ ਘਰੋਂ ਲੈ ਕੇ ਆਈ ਆ, ਉਹ ਤੁਹਾਨੂੰ ਹੀ ਦੱਸਣ ਦਈ ਆ। ਗਾਂ ਨਾ ਗੱਲ ਕਰੀਓ, ਕਿਹਾ ਵਾ ਬੜੀ ਦੂਰੋਂ ਲੈ ਕੇ ਆਏ ਆ, ਤੁਹਾਨੂੰ ਪਤਾ ਫਿਰ ਸਾਰੇ ਕਹਿਣ ਲੱਗ ਜਾਂਦੇ ਸਾਨੂੰ ਵੀ ਬੋਤਲ ਲਿਆ ਦੇ, ਸਾਨੂੰ ਵੀ ਬੋਤਲ ਲਿਆ ਦੇ, ਅਗਲੇ ਦਿੰਦੇ ਅਗਲੇ ਕਹਿੰਦੇ ਅਸੀਂ ਤਾਂ ਕੰਮ ਕਰਦੇ, ਮੈਨੂੰ ਪਤਾ ਨੀ ਕਿੱਦਾਂ ਦਿੰਦੇ। ਸੁਭਾਨ, ਜਾ ਜਲਦੀ ਜਾ, ਉਹ ਲੱਸੀ ਦੀ ਬੋਤਲ ਫੜਾ। ਲਿਆ ਆ ਲੱਸੀ ਦੀ ਬੋਤਲ ਆ, ਆ ਛੋਟਾ ਵੀ ਬਾਹਰ ਰੱਖ, ਕੁੱਟ ਲਿਆ ਵਾ, ਆ ਪਾਉਂਦੇ ਇਹਦੇ ਵਿੱਚ। ਹੁਣ ਪਾਉਣ ਲੱਗੇ ਆਪਾਂ ਲਾਲ ਮਿਰਚਾਂ, ਖੂਬ ਲਾਲ ਮਿਰਚਾਂ ਪਾਉਣੀ। ਆ ਦੇਖੋ ਲਾ ਦਈਏ ਥੋੜਾ ਜਿੰਨਾ ਪਾਣੀ ਦਾ ਛੱਟਾ, ਹੁਣ ਪਾਈਏ ਆਪਾਂ ਨਮਕ। ਨਮਕ ਤੁਸੀਂ ਪਾ ਲਿਆ ਕਰੋ ਜਿੰਨਾ ਕੁ ਤੁਹਾਨੂੰ ਲੋੜ ਆ। ਹਲਦੀ ਜਿਹੜੀ ਵਾਹਵਾ ਸਾਰੀ ਪੈਣੀ ਆ ਉਹ ਪਾਉਂਦੇ ਆ ਹੁਣ ਹਲਦੀ। ਆ ਦੇਖੋ ਹਲਦੀ, ਕਿਉਂਕਿ ਕੜੀ ਪੱਕਦੀ ਆ ਹਲਦੀ ਦੇ ਸਿਰ ਤੇ। ਹੁਣ ਆਪਾਂ ਇਹਨੂੰ ਮਸਾਲੇ ਨੂੰ ਭੁੰਨ ਲਈਏ, ਹੁਣ ਆਪਾਂ ਮਸਾਲੇ ਨੂੰ ਭੁੰਨਦੇ ਆ, ਤੇ ਹੁਣ ਮੈਂ ਚੁੱਕ ਲਈਏ ਕੋਈ ਬਰਤਨ ਜਿਹਦੇ ਵਿੱਚ ਲੱਸੀ ਤੇ ਬੇਸਣ ਮਿਕਸ ਕਰਨਾ। ਆ ਦੇਖੋ ਇੱਕ ਤਾਂ ਇਹਦੀ ਲੋੜ ਆਪਾਂ ਨੂੰ, ਇਹਨੂੰ ਧੋਈਏ, ਇੱਕ ਇਹਦੀ ਲੋੜ ਆ, ਇੱਕ ਆਪਾਂ ਨੂੰ ਇਹਦੀ ਲੋੜ ਆ। ਤੁਸੀਂ ਕਹਿੰਦੇ ਹੋਗੇ ਕਿੰਨੀ ਕਾਹਲੀ ਨਾਲ ਕੰਮ ਕਰਦੀ, ਅੱਜ ਬਹੁਤ ਕਾਹਲੀ ਆ ਆਪਾਂ ਨੂੰ, ਕਾਹਲੀ ਇਸ ਕਰਕੇ ਆ ਕਿਉਂਕਿ ਤਾਂ ਤੁਸੀਂ ਵੀ ਸਮਝਦਾਰ ਹੋ ਕਿ ਕਿਉਂ ਕਾਹਲੀ ਆ। ਆ ਪਾਤੀ ਆਪਾਂ ਲੱਸੀ, ਲੱਸੀ ਪਹਿਲੇ ਦੇਖੀਏ ਥੋੜੀ ਜਿਹੀ ਖੱਟੀ ਤਾਂ ਨੀ, ਖੱਟੀ ਆ ਲੱਸੀ ਆਪਣੀ। ਹੁਣ ਆਪਾਂ ਪਾਉਣੀ ਆ ਇਹ ਚ ਬੇਸਣ, ਬੇਸਣ ਆਪਾਂ ਛਾਣ ਛੂਣ ਕੇ ਰੱਖ ਲਿਆ ਸੀ, ਸਾਰਾ ਹੀ ਪਾ ਦਿੰਦੇ ਹਾਂ, ਕੀ ਯਾਦ ਕਰੂਗਾ ਬੇਸਣ ਵੀ। ਆ ਦੇਖੋ ਹੋ ਗਿਆ ਆਪਣਾ ਮਿਕਸ, ਇੱਧਰ ਆਪਣਾ ਭੁੱਜਣ ਦੇ ਆ ਮਸਾਲਾ, ਥੋੜਾ ਜਿੰਨਾ ਪਾ ਲਈਏ ਪਾਣੀ, ਇਹਦੇ ਚ ਪਾਉਂਦੇ ਹਾਂ ਹੁਣ ਆਪਾਂ ਥੋੜਾ ਜਿੰਨਾ ਜ਼ਰਦਾ ਕਲਰ ਹੈਗਾ ਵੀ ਆ ਕਿ ਨਹੀਂ। ਓਏ ਲਾਲ ਟਮਾਟਰ ਦੇਖ ਸੁਭਾਨ, ਫਰਿੱਜ ਚ ਦੇਖ ਲਾਲ ਟਮਾਟਰ ਹੈਗੇ ਆ, ਕਲਰ ਜ਼ਰਦਾ ਥੋੜਾ ਜਿੰਨਾ ਹੀ ਸੀ, ਬਸ ਇੰਨਾ ਕਿ ਆਪਾਂ ਨੂੰ ਲੱਭਿਆ ਜ਼ਰਦੇ ਕਲਰ ਨਾਲ, ਨਾ ਜ਼ਰਾ ਕਲਰ ਸੋਹਣਾ ਆ ਜਾਂਦਾ।
ਮਸਾਲਾ ਆਪਣਾ ਭੁੱਜ ਜਾਵੇ, ਮਸਾਲਾ ਦੇਖੋ ਆਪਣਾ, ਇਹ ਆਪਣੀ ਆ ਸ਼ਾਮ ਦੀ ਰੁਟੀਨ, ਕਿਉਂਕਿ ਸ਼ਾਮ ਨੂੰ ਅੱਜ ਮੌਸਮ ਬਾਰਿਸ਼ ਪਈ ਹੋਈ ਸੀ, ਦਿਲ ਕਰਨ ਦੇ ਸੀ ਪਕੌੜੇ ਖਾਣ ਨੂੰ, ਮੈਂ ਕਿਹਾ ਕੜੀ ਬਣਾ ਲਈਏ, ਪਕੌੜੇ ਇਕੱਲੇ ਜ਼ਰੂਰੀ, ਇੰਨਾ ਘਿਓ ਜ਼ਾਇਆ ਕਰਨਾ, ਇੰਨੀ ਤਾਂ ਅੱਗੇ ਮਹਿੰਗਾਈ ਆ। ਆਪਾਂ ਨਾ ਇਹਦੀ ਤਰੀ ਲਾ ਲਈਏ, ਤਰੀ ਲਾ ਕੇ ਨਾ ਜਦੋਂ ਕੜੀ ਪੱਕ ਗਈ ਨਾ ਉਦੋਂ ਪਾਵਾਂਗੇ, ਠੀਕ ਹੈ। ਏਦਾਂ ਤਰੀ ਲਾਉਂਦੇ ਹਾਂ ਆਪਾਂ, ਹੁਣ ਆਪਣਾ ਮਸਾਲਾ ਭੁੱਜ ਗਿਆ, ਹੁਣ ਲੱਸੀ 'ਚ ਜਿਹੜਾ ਬੇਸਣ ਘੋਲਿਆ ਉਹ ਆਪਾਂ ਵਿੱਚ ਪਾਉਣਾ ਹੈ। ਤੇ ਆਪਾਂ ਥੋੜਾ ਥੋੜਾ ਕਰਕੇ ਆ ਦੇਖੋ ਇੱਦਾਂ ਪਾਉਣਾ, ਨਾਲ ਦੀ ਨਾਲ ਆਪਾਂ ਚਮਚਾ ਫੇਰੀ ਜਾਣਾ। ਹੁਣ ਆਪਾਂ ਨੇ ਇੱਥੇ ਪਾਉਂਦੇ ਹਾਂ ਪਾਣੀ, ਸੁਬਹਾਨ ਜਲਦੀ ਜਾ, ਓਏ ਆ ਪਾਣੀ ਲੈ ਕੇ ਆ ਕੈਨ ਚ, ਪਾਣੀ ਪਾਉਣਾ ਨਾ ਆਪਾਂ ਹੁਣ, ਇਹ ਥੋੜਾ ਜਿਹਾ ਹੋਰ, ਲਾਲ ਟਮਾਟਰ ਨਹੀਂ ਪਾਏ ਹੈਗੇ, ਲਾਲ ਟਮਾਟਰ ਭੁੱਲ ਗਈ, ਤੇ ਉਹ ਆਪਾਂ ਹਜੇ ਪਾਣੇ ਆ ਲਾਲ ਟਮਾਟਰ, ਆ ਇਹਦੇ ਚੁੱਲ੍ਹੇ ਥੱਲੇ ਰੱਖ ਦਈਏ ਨਾ, ਇਹਦੇ ਵਿੱਚ ਕੀ ਆ, ਅੱਛਾ ਬਈ ਘਿਓ ਆ, ਹੁਣ ਮੈਂ ਪਾਣੀ ਹੋਰ ਪਾ ਲਾਂ, ਆਪਾਂ ਇੱਕ ਭਰ ਕੇ ਪਾਉਣਾ ਵਾ, ਇਹ ਰਿੱਝੇ ਵੀ ਨਾ, ਦੇਖੋ ਹੁਣ ਆਪਾਂ ਭਰ ਕੇ ਪਾ ਦਿੰਦੇ ਹਾਂ, ਚਲੋ ਹੁਣ ਇਹਨੂੰ ਆਪਾਂ ਢੱਕ, ਆਪਾਂ ਹੁਣ ਬਣਾਉਂਦੇ ਹਾਂ ਆਪਣਾ ਪਕੌੜਿਆਂ ਦਾ ਸਮਾਨ, ਹੁਣ ਆਪਾਂ ਨਾ ਥੋੜਾ ਜਿੰਨਾ ਹੋਰ ਪਾਣੀ ਪਾ ਲਈਏ, ਕਿਉਂਕਿ ਮੈਂ ਕਹਿੰਦੀ ਨੀ ਰਿੱਝੀ ਜਾਵੇ ਕੜੀ, ਘੰਟਾ ਰਿੱਝੂਗੀ ਨਾ ਤੇ ਮੈਨੂੰ ਮਜ਼ੇਦਾਰ ਲੱਗਦੀ ਆ, ਏਦਾਂ ਨੀ ਮੈਨੂੰ ਸਵਾਦ ਆਉਂਦਾ। ਹਾਂ ਉਹਦੀ ਆਪਾਂ ਥਾਲੀ ਵੀ ਚੁੱਕ ਲਈ ਆ ਮਗਰਬ ਦੀ। ਹੁਣ ਆਹ ਦੇਖੋ ਪਾਲਕ ਆਪਣੇ ਕੋਲ, ਆਪਾਂ ਪਾਲਕ ਲੈ ਲਈ, ਆਲੂ ਲੈ ਲਏ, ਆਪਾਂ ਬਣਾਉਂਦੇ ਹਾਂ ਸਮਾਨ ਬਹਿ ਕੇ, ਖਲਾਰਾ ਦੇਖ ਲਓ ਕਿੰਨਾ ਪਿਆ ਹੋਇਆ ਚੁੱਲ੍ਹੇ ਮੂਹਰੇ, ਹੁਣ ਇਹਨੂੰ ਉਬਾਲਾ ਆ ਜਾਊਗਾ ਨਾ ਤੇ ਫਿਰ ਰਿੱਝੇ ਪੈ ਜਾਊਗੀ, ਤੇ ਉਹਨਾਂ ਚਿੱਕਰ ਆਪਾਂ ਨਾ ਆਪਾਂ ਹੁਣ ਬਣਾ ਲੈਂਦੇ ਹਾਂ ਪਕੌੜਿਆਂ ਦਾ ਸਮਾਨ। ਅੱਜ ਇੰਨੀ ਜ਼ਿਆਦਾ ਬਾਰਿਸ਼ ਪਈ, ਇੰਨੀ ਜ਼ਿਆਦਾ ਬਾਰਿਸ਼ ਪਈ, ਸਾਡਾ ਬੱਕਰਾ ਤੇ ਕੰਬਲ ਹੀ ਲੱਗ ਗਿਆ, ਇਹਨੂੰ ਬੰਨਿਆ ਸੀ ਨਾ ਉੱਧਰ, ਤੁਸੀਂ ਮੇਰੀ ਪਿਛਲੀ ਵੀਡੀਓ 'ਚ ਦੇਖਿਆ ਸੀ, ਅਸੀਂ ਉੱਧਰ ਬੰਨਿਆ ਸੀ, ਫਿਰ ਉੱਧਰੋਂ ਮੈਂ ਖੋਲ ਕੇ ਫਟਾਫਟ ਲਿਆ ਕੇ, ਤੋਂ ਮੈਂ ਇਕੱਲੀ ਇਕੱਲਮ ਇਕੱਲੀ ਨੇ ਮੈਂ ਸਾਰਾ ਕੰਮ ਕੀਤਾ। ਮੈਨੂੰ ਕਿਸੇ ਨੇ ਖਬਰ ਦੱਸੀ ਪਾਲਕ ਦੇ ਵਿੱਚ ਸੱਪ ਨਿਕਲਿਆ ਆ, ਮੈਨੂੰ ਤੇ ਲੱਗੀ ਨਹੀਂ ਸਹੀ ਖਬਰ, ਲੇਕਿਨ ਫਿਰ ਵੀ ਮੈਨੂੰ ਡਰ ਲੱਗਦਾ ਜਦੋਂ ਮੈਂ ਪਾਲਕ ਮੰਗਾਉਣੀ, ਉਹਨਾਂ ਨੇ ਫਰਿੱਜ 'ਚ ਰੱਖੀ ਤੇ ਫਰਿੱਜ 'ਚ ਉਹ 'ਚ ਮੇਰੇ ਖਿਆਲ 'ਚ ਦੁੱਧ ਦੇ ਵਿੱਚ ਡਿੱਗ ਗਿਆ ਸੱਪ, ਉਦਾਂ ਹੀ ਉਹਨਾਂ ਨੇ ਚੁੱਕ ਕੇ ਪੀ ਲਿਆ, ਤੇ ਮੈਨੂੰ ਤੇ ਡਰ ਹੀ ਲੱਗਦਾ ਵਾ ਹੁਣ, ਲੇਕਿਨ ਫਿਰ ਵੀ ਅੱਲਾ ਤਾਲਾ ਭਾਈ ਖੈਰ ਦਾ ਟਾਈਮ ਲੈ ਕੇ ਆਵੇ, ਖੈਰੋ ਖੈਰੀਅਤ ਰੱਖੇ ਸਾਰਿਆਂ ਦੇ ਘਰਾਂ 'ਚ ਸਾਡੇ ਘਰ ਵੀ, ਤੇ ਇਸ ਲਈ ਪਾਲਕ ਤੋਂ ਬੜਾ ਹੀ ਡਰ ਲੱਗਦਾ, ਲੇਕਿਨ ਆਪਾਂ ਤਾਂ ਧਿਆਨ ਨਾਲ ਖੋਲਦੇ ਹਾਂ, ਆਪਾਂ ਤਾਂ ਫਰਿੱਜ 'ਚ ਰੱਖਦੇ ਹੀ ਨਹੀਂ, ਲਿਆਂਦੀ ਵੀ ਹੈ ਨਾ ਤੇ ਬਾਹਰ ਰੱਖੀ ਦੀ ਹੈ, ਏਦਾਂ ਦੇ ਕੰਮ ਨਹੀਂ ਆਪਾਂ ਕਰਦੇ। ਆ ਪਕੌੜਿਆਂ ਦਾ ਆਪਾਂ ਸਮਾਨ ਬਣਾਇਆ ਵਾ, ਹੁਣ ਇਹਨੂੰ ਧੋ ਲਈਏ, ਕੜੀ ਆਪਣੀ ਰੇਜੇ ਪੈਣ ਲੱਗ ਗਈ ਆ, ਦੁਆ ਕਰੋ ਕਿ ਪੱਕ ਜਾਵੇ, ਕੜੀ ਦੇ ਵਿੱਚੋਂ ਹਮੇਸ਼ਾ ਚਮਚਾ ਨਹੀਂ ਬਾਹਰ ਕੱਢਣਾ ਤੁਸੀਂ,
ਕਿਉਂਕਿ ਜੇ ਚਮਚਾ ਬਾਹਰ ਕੱਢ ਲੈਂਦੇ ਆ ਨਾ ਕੜੀ ਚੋਂ, ਕੜੀ ਹੋ ਜਾਂਦੀ ਆ ਖਰਾਬ। ਹੁਣ ਆਪਾਂ ਇਹਦੇ ਵਿੱਚ ਨਾ ਪਕੌੜਿਆਂ ਦਾ ਸਮਾਨ, ਪਾਲਕ, ਟੋਕਰੀ ਵੀ ਸਾਡੇ ਘਰ ਇੱਕ ਰਹਿ ਗਈ, ਟੋਕਰੀਆਂ ਹੀ ਨਹੀਂ ਬਚਦੀਆਂ, ਬੱਚੇ ਤੋੜ ਦਿੰਦੇ ਆ। ਆ ਬੇਸਣ ਪਾ ਲਈਏ ਆਪਾਂ, ਜੀਰਾ, ਧਨੀਆ ਨਾ ਅਸੀਂ ਪੀਸ ਕੇ ਪਾਉਂਦੇ ਹਾਂ, ਫਿਰ ਬੱਚਿਆਂ ਦੇ ਮੂੰਹ 'ਚ ਆਉਂਦਾ ਵਾ ਅਤੇ ਉਹ ਕਹਿੰਦੇ ਆ ਵੀ ਮੰਮਾ ਵਾ ਨਾਖੂਨ ਨਾਖੂਨ। ਉਹ ਦੇਖੋ ਗੈਸ ਕਿੰਨਾ ਸਲੋ ਹੋ ਗਿਆ, ਉੱਧਰ ਚੁੱਲ੍ਹੇ ਚੱਲ ਪਏ ਨਾ, ਹੁਣ ਸਲੋ ਹੋਇਆ। ਆਪਣੀ ਕੜੀ ਪੱਕ ਗਈ ਆ, ਆਪਾਂ ਇੱਦਾਂ ਕਰਦੇ ਹਾਂ, ਹੁਣ ਤਾਂ ਕੋਈ ਕੱਪੜਾ ਵੀ ਨਹੀਂ ਜਿੰਨਾ ਚੁੱਕਾਂ, ਤੇ ਆਪਾਂ ਨਾ ਇੱਦਾਂ ਰੱਖ ਦਿੰਦੇ ਹਾਂ ਕੜੀ, ਕਿਉਂਕਿ ਚੁੱਲ੍ਹਾ ਇੱਕੋ ਹੀ ਚੱਲਣਾ ਵਾ ਆਪਣਾ, ਇੱਥੇ ਰੱਖ ਦਿੰਦੇ ਹਾਂ ਆਪਾਂ। ਥੋੜ੍ਹੇ ਜਿਹੇ ਪਕੌੜੇ ਵੀ ਕੱਢ ਲੈਂਦੇ ਹਾਂ, ਆਪਾਂ ਇਹਦੇ ਵਿੱਚ ਪਾਈਏ ਹੁਣ ਘਿਓ। ਆਪਣੀ ਕੜਾਈ ਕੜੀ ਗਰਮ ਹੋ, ਕੜੀ ਕਹਿ ਤਾ, ਕੜਾਈ ਗਰਮ ਹੋ ਜਾਵੇ ਤੇ ਆਪਾਂ ਪਾਉਂਦੇ ਹਾਂ ਇਹਦੇ ਵਿੱਚ ਘਿਓ, ਤੇ ਫਿਰ ਕੱਢਦੇ ਹਾਂ ਆਪਾਂ ਪਕੌੜੇ। ਬਿਸਮਿਲਾ ਰਹਿਮਾਨ ਰਹੀਮ। ਹੁਣ ਆਪਣਾ ਘਿਓ ਹੋ ਜਾਵੇ ਗਰਮ, ਫਿਰ ਆਪਾਂ ਕੱਢਦੇ ਹਾਂ ਪਕੌੜੇ। ਧਨੀਆ ਵੀ ਲੈਣਾ ਵਾ ਕੜੀ ਚ ਪਾਉਣ। ਮੁਰਸ਼ਦ ਜੀ ਜਲਦੀ ਜਲਦੀ, ਮੈਂ ਕਿਹਾ ਗਰਮ ਹੋ ਜਾਓ, ਪਕੌੜੇ ਕੱਢ ਲਈਏ, ਜਲਦੀ ਕਰੋ, ਮਿੰਟ ਮਾਰੋ, ਭੁੱਖ ਬਹੁਤ ਲੱਗੀ ਹੋਈ ਆ, ਜਲਦੀ 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 ਜਲਦੀ। ਕਹਿੰਦੇ ਜਲਦੀ ਦਾ ਕੰਮ ਸ਼ੈਤਾਨ ਦਾ ਹੁੰਦਾ, ਤਾਂ ਹੀ ਸਲੋ ਸਲੋ ਗੈਸ ਆਉਂਦਾ। ਉਹ ਵੀ ਕਹਿੰਦੇ ਸਕੂਨ, ਹੌਲੀ 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 ਹਾਂਡੀਆਂ ਪਕਾਓ, ਉਂਗਲੀਆਂ ਜਿਹੜੇ ਚੱਟਦੇ ਰਹਿ ਜਾਣ, ਜਲਦੀ ਦਾ ਕੰਮ ਸ਼ੈਤਾਨ ਦਾ ਕੰਮ ਆ। ਲੇਕਿਨ ਆਪਣਾ ਘਿਓ ਇੱਦਾਂ ਚੈੱਕ ਕਰ ਲੈਂਦੇ ਹਾਂ ਵੀ ਗਰਮ ਹੋ ਗਿਆ ਕਿ ਨਹੀਂ। ਹੁਣ ਆਪਾਂ ਥੋੜ੍ਹਾ ਜਿਹਾ ਆਲੂ ਪਾ ਕੇ ਦੇਖਦੇ ਹਾਂ ਕਿ ਆਪਣਾ ਘਿਓ ਗਰਮ ਹੋ ਗਿਆ। ਆਏ ਹੋਏ, ਮੂੰਹ 'ਚ ਪਾਣੀ ਆਉਣ ਦਿਆ ਕਿਉਂਕਿ ਬਾਰਿਸ਼ ਜੋ ਪਈ ਆ। ਕਿਸ ਕਿਸ ਘਰ ਬਾਰਿਸ਼ ਵਾਲੇ ਦਿਨ ਪਕੌੜੇ ਨਿਕਲਦੇ ਆ, ਜ਼ਰਾ ਸਾਨੂੰ ਵੀ ਦੱਸੋ। ਤੁਸੀਂ ਸਾਡੇ ਨਾਲ ਗੱਲਾਂ ਹੀ ਨਹੀਂ ਸ਼ੇਅਰ ਕਰਦੇ, ਆਪਣੀ ਕਮੈਂਟ 'ਚ ਕਮੈਂਟ ਕਰਿਆ ਕਰੋ, ਸਾਡੇ ਨਾਲ ਗੱਲਾਂ ਸ਼ੇਅਰ ਕਰਿਆ ਕਰੋ। ਜਦੋਂ ਅਸੀਂ ਤੁਹਾਡੇ ਨਾਲ ਕਰਦੇ ਹਾਂ, ਤੁਸੀਂ ਸਾਡੇ ਨਾਲ ਕਰਿਆ ਕਰੋ। ਉਹ ਆਪਣਾ ਹੁਣ ਆਲੂ ਦੇਖੋ ਲੱਗ ਗਿਆ ਪੱਕਣ, ਪਾ ਲੈਂਦੇ ਹਾਂ ਹੁਣ ਪਕੌੜੇ ਜੀ। ਪਹਿਲਾਂ ਮੈਨੂੰ ਪਕੌੜੇ ਨਹੀਂ ਸੀ ਕੱਢਣੇ ਆਉਂਦੇ ਹੁੰਦੇ, ਪਹਿਲਾਂ ਮੈਨੂੰ ਪਕੌੜੇ ਤਾਂ ਨਹੀਂ ਸੀ ਕੱਢਣੇ ਆਉਂਦੇ, ਮੈਂ ਚਮਚੀ ਦੇ ਨਾਲ ਕੱਢਦੀ ਹੁੰਦੀ ਸੀ, ਚਮਚੀ ਦੇ ਨਾਲ ਦੇ ਸਲੋ ਸਲੋ ਪਾਣਾ, ਵਕਤ ਬੰਦੇ ਨੂੰ ਸਾਰੇ ਕੰਮ ਸਿਖਾ ਦਿੰਦਾ। ਹਲੋ ਜੀ, ਸਾਡਾ ਗੈਸ ਵੀ ਹੋ ਗਿਆ ਹਲਕਾ, ਲੇਕਿਨ ਅਸੀਂ ਕਿਸੇ ਨੂੰ ਤੰਗ ਨਹੀਂ ਕਰਨਾ ਕਿ ਚੁੱਲ੍ਹਾ ਬੰਦ ਕਰ ਦਿਓ। ਅਗਲੇ ਨੂੰ ਜਦੋਂ ਆਪਣੇ ਆਪ ਨਹੀਂ, ਆਪਣੇ ਆਪ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਵੀ ਪਕਾਉਂਦੇ ਆ, ਹੁਣ ਅਸੀਂ ਬੰਦ ਕਰ ਦਈਏ, ਬਾਰ ਬਾਰ ਕਹਿਣ ਨਾਲ ਕੋਈ ਫਾਇਦਾ ਨਹੀਂ। ਤਰੀ ਵੀ ਆਪਾਂ ਪਾ ਦਿੰਦੇ ਹਾਂ ਹੁਣ ਕੜੀ 'ਚ, ਆ ਦੇਖੋ ਤਰੀ ਵੀ ਪਾ ਦਿੰਦੇ, ਜਿਹੜੀ ਆਪਾਂ ਤਰੀ ਕੱਢੀ ਸੀ ਨਾ ਅਲੱਗ, ਉਹ ਆਪਾਂ ਹੁਣ ਪਾਉਂਦੇ ਹਾਂ, ਦੇਖੀ ਕਿੰਨਾ ਅੱਛਾ ਕਲਰ ਆਉਂਦਾ। ਮਾਸ਼ਾਅੱਲਾ ਮਾਸ਼ਾਅੱਲਾ, ਕੋਲੀ ਨੂੰ ਵੀ ਲੱਗੀ ਸੀ ਨਾ ਥੋੜੀ ਜਿਹੀ, ਆਪਾਂ ਚੈੱਕ ਵੀ ਕਰ ਲਈਏ ਨਮਕ ਮਿਰਚ ਸਹੀ ਆ, ਕਾਲੀ ਮਿਰਚ ਪਾ ਲੈਂਦੇ ਹਾਂ। ਉਹਨੇ ਨੂੰ ਹਿਲਾ ਦਈਏ ਨਾ ਆਪਾਂ, ਆਹ ਪਕੌੜੇ ਜਿਹੜੇ ਕੱਢਣ ਦੇ ਨਾ ਕੜੀ ਦੇ ਵਿੱਚ ਜਾਣਗੇ, ਫਿਰ ਬਣੂਗੀ ਦੇਸੀ ਕੜੀ। ਉਹਦਾ ਜਿੱਦਾਂ ਮਰਜ਼ੀ ਕਰੀ ਆ, ਅਸੀਂ ਕੜੀ ਪਕਾਈ ਕੜੀ ਪਕਾਈ, ਪਕੌੜਿਆਂ ਤੋਂ ਬਗੈਰ ਕੜੀ ਪੱਕ ਸਕਦੀ ਆ, ਫਿਰ ਬਣੂਗੀ, ਉਹ ਵੇਚਦਾ ਨਹੀਂ ਹੁੰਦਾ ਭਾਈ। ਕੜੀ ਕਰਾਰੀ ਕੜੀ।
ਬਸ ਬਸ ਸਾਡੀ ਗਲੀ ਚ ਵੀ ਆਉਂਦਾ ਸੀ ਉਹਨੂੰ ਕਦੀ ਖਾਧੀ, ਪਤਾ ਨੀ ਕਿੱਦਾਂ ਦੀ ਪਕਾਉਂਦਾ। ਆ ਕਹਿੰਦੇ ਭਰਾ ਬਣ ਜਾਵੇ ਤੇ ਉਹ ਬਣ ਜਾਵੇ ਭੈਣ, ਪਕੌੜੇ ਭਰਾ ਬਣ ਜੂਗਾ ਤੇ ਕੜੀ ਭੈਣ ਬਣ ਜੂਗੀ। ਆਪਾਂ ਹੁਣ ਚੈੱਕ ਕਰਦੇ ਹਾਂ ਸਵਾਦ ਬਣੀ ਮਜ਼ੇਦਾਰ ਬਣੀ, ਚੈੱਕ ਕਰਕੇ ਦੇਖ ਲਓ ਤੁਸੀਂ, ਲੈ ਲਓ ਲੈ ਲਓ, ਚੱਲ ਲੈ ਲਓ। ਆਏ ਜੇ ਨਾਲ ਇਹਦੇ ਬਾਇਲ ਚਾਵਲ ਹੋਣ ਨਾ, ਬਾਇਲ ਚਾਵਲ ਨੀ ਉਬਲੇ ਹੋਏ, ਹੋਏ 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 ਹੋਏ, ਫਿਰ ਤਾਂ ਆ ਜਾਵੇ ਨਜ਼ਾਰਾ, ਫਿਰ ਤਾਂ ਮਜ਼ਾ ਹੀ ਆ ਜਾਂਦਾ। ਪਰ ਗੈਸ ਮਜ਼ੇ ਨੀ ਲੈਣ ਦਿੰਦਾ, ਉਹ ਕਹਿੰਦਾ ਸਾਦੀ ਸਾਦੀ ਹਾਂਡੀ ਰੋਟੀ ਕਰੋ, ਬਥੇਰੀਆਂ ਤੁਸੀਂ ਚਸਕੇ ਲਾ ਲਏ ਆ, ਹੁਣ ਟਾਈਮ ਨੀ ਹੈਗਾ, ਗੈਸ ਨੀ ਹੈਗਾ ਕਿ ਬਾਇਲ ਚਾਵਲ ਕਰ ਲਈਏ, ਭਈ ਇਹ ਪੱਕੀ ਨਹੀਂ। ਹੁਣ ਮੈਂ ਸਾਰਾ ਖਲਾਰਾ ਚੁੱਕ ਕੇ ਬਾਹਰ ਰੱਖ ਕੇ ਆਉਂਦੀ ਨੀ। ਵੀ ਮੈਂ ਇਹ ਚ ਕੱਢ ਲੈਣਾ, ਦੁੱਧ ਵੀ ਗਰਮ ਕਰਨਾ ਵਾ, ਤੇ ਮੈਂ ਕਹਿੰਦੀ ਹਾਂ ਇੱਕ ਦੋ ਪੂਰ ਪਕੌੜਿਆਂ ਦਾ ਨਿਕਲ ਗਿਆ ਨਾ, ਤੇ ਫਿਰ ਮੈਂ ਜੰਨਤ ਦਾ ਦੁੱਧ ਗਰਮ ਕਰਨਾ। ਫਰਿੱਜ ਚ ਲਿਆ ਕੇ ਰੱਖਿਆ ਸੀ, ਗੈਸ ਬੰਦ ਸੀ, ਵਿਚਾਰੀ ਨੂੰ ਇੰਨੀ ਭੁੱਖ ਲੱਗੀ ਹੈ, ਸੁੱਤੀ ਪਈ ਆ। ਆ ਦੁੱਧ ਆਪਾਂ ਕੱਢ ਲਿਆ, ਬਰਫ਼ ਜੰਮੀ ਹੋਈ ਆ ਦੁੱਧ ਦੇ ਵਿੱਚ, ਤੇ ਹੁਣ ਮੈਂ ਕਿਹਾ ਕੱਢ ਕੇ ਨਾ, ਤੇ ਫੇਰ ਇਹ ਸੀ ਸਾਡਾ ਅੱਜ ਦਾ ਵਲੋਗ, ਕੜੀ ਪਕੌੜੇ ਸ਼ਾਮ ਦੀ ਰੁਟੀਨ ਦੇ ਵਿੱਚ ਸ਼ਾਮਿਲ ਸੀ, ਇਹ ਸੀ ਸਾਡੀ ਅੱਜ ਦੀ ਸ਼ਾਮ ਦੀ ਰੁਟੀਨ, ਉਹ ਵੀ ਬਾਰਿਸ਼ ਵਾਲੀ ਰੁਟੀਨ। ਤੇ ਉਮੀਦ ਕਰਦੇ ਤੁਹਾਨੂੰ ਅੱਜ ਦਾ ਵਲੋਗ ਅੱਛਾ ਲੱਗਿਆ ਹੋਗਾ, ਲਾਈਕ ਕਰ ਦਿਓ, ਸ਼ੇਅਰ ਕਰਿਓ, ਕਮੈਂਟ ਕਰਿਓ, ਸਬਸਕ੍ਰਾਈਬ ਕਰਿਓ, ਤੇ ਹੁਣ ਅਸੀਂ ਫਟਾਫਟ ਆ ਜਿਹੜੇ ਪਕੌੜੇ ਨਿਕਲਦੇ ਆ, ਫਿਰ ਅਸੀਂ ਰੋਟੀ ਖਾਵਾਂਗੇ, ਤੇ ਉਹਨਾਂ ਚ ਕਰ ਅੱਲਾ ਹਾਫਿਜ਼। ਤੁਸੀਂ ਨਾ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਿਆ ਕਰੋ, ਜਿਸ ਤਰ੍ਹਾਂ ਤੁਸੀਂ ਸਾਡੀ ਘੰਟੀ ਦਬਾਇਆ ਕਰੋਗੇ, ਤੁਹਾਡੀ ਘਰ ਦੀ ਵੀ ਘੰਟੀ ਦਬਿਆ ਕਰੂਗੀ। ਮਿਹਰਬਾਨੀ ਕਰਕੇ ਤੁਸੀਂ ਸਾਡੀ ਘੰਟੀ ਦਬਾ ਦਿਓ, ਤੇ ਤੁਹਾਡੀ ਘਰ ਦੀ ਵੀ ਇਨਸ਼ਾਅੱਲਾ ਤਾਲਾ ਰਿਜ਼ਕ ਦੇ ਨਾਲ ਘੰਟੀ ਦਬੇਗੀ, ਇਨਸ਼ਾਅੱਲਾ ਇਨਸ਼ਾਅੱਲਾ, ਆਮੀਨ ਆਮੀਨ। ਅਸੀਂ ਸਭ ਲਈ ਇਹ ਦੁਆਵਾਂ ਕਰਦੇ ਹਾਂ, ਤੁਸੀਂ ਵੀ ਸਾਡੇ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਦੁਆਵਾਂ ਕਰਿਆ ਕਰੋ, ਕਿਉਂਕਿ ਸਾਡੀ ਸਿਰਫ ਇੱਕ ਟੈਨਸ਼ਨ ਆ। ਮਾਸ਼ਾਅੱਲਾ ਮਾਸ਼ਾਅੱਲਾ ਤੁਸੀਂ ਇੰਨਾ ਪਿਆਰ ਮੁਹੱਬਤ ਦਿੱਤਾ, ਸਾਡਾ 1000 ਸਬਸਕ੍ਰਾਈਬਰ ਹੋਣ ਲੱਗਾ, ਤੇ ਇੰਨਾ ਹੀ ਪਿਆਰ ਤੁਸੀਂ ਸਾਡੇ ਵਾਇਸ ਟਾਈਮ ਤੇ ਵੀ ਕਰ ਦਿਓ, ਸਾਡੇ ਵਿਊਜ਼ ਵੀ ਆਉਣ, ਵਾਇਸ ਟਾਈਮ ਵੀ ਸਾਡਾ ਪੂਰਾ ਹੋ ਜਾਵੇ,